ਹੁਣ ਘਰ ਆ ਗਿਆ ਦੀ ਸੁਣਾ ਹੀ ਜਾ ਗੱਲ ਬੜੀ ਬਿਹਤਰੀਨ ਮਜ਼ੇਦਾਰ ਜੇ ਨਾ ਹੋਵੇ ਤਾਂ ਮੈਂ ਕੁਰਾਨ ਛੇਨਾ ਮੈਂ ਸ਼ਾਦੀ ਦੇ ਵਿੱਚ ਆਵਾਂ ਹਰਾਇ ਸਿੱਧਾ ਸਾਦਾ ਏ ਉਹਦਾ ਖਿਆਲ ਆ ਪੋਟੀ ਟਾ ਵੀ ਛੂੰ ਟੱਕਰੇ ਇਹ ਹਰਾਜ ਪੇ ਬੋਲਣਾ ਅਲਾ ਜੀ ਤਾਂ ਪੋਟ ਪੋਟ ਮੈਂ ਬੜਾ ਸੋਹਣਾ ਬਾਈ ਮੈਥੇ ਨਹੀਂ ਅਲਾ ਮੈਂ ਪੋਟ ਉਹ ਜੀ ਸਿੱਧਾ ਸਾਦਾ ਮੱਛਰ ਗੋਸ਼ਤ ਵੇਖਦੇ ਬੰਦਾ ਬਣ ਮੈਂ ਚੰਗਾ ਗੱਟਿਆ ਕਰ ਲੂ ਆਤਮਾ ਅਗਲੇ ਬੰਦੇ ਸਿੱਧੇ ਸਾਦੇ ਆ ਮੈਂ ਸੁਣਤਾ ਛੱਡ ਸ਼ਾਦੀ ਸੁਣਤਾ ਦੀ ਯੋਗ ਹੈ ਜੀ ਜਿਹਨੂੰ ਸਦੀਵੇ ਉਸ ਆਵਣਾ ਅੱਲਾ ਬਾਈ ਸਾਹਿਬ ਜਿਹਨੂੰ ਸਦੀਵੇ ਉਹ ਸਾਹਮਣਾ ਭਾਵੇਂ ਚਿਰਕਾ ਭਾਵੇਂ ਜਿਸ ਉਹ ਜੋ ਬੰਦੇ ਆਏ ਨਾ ਪੰਜ ਸੱਤ ਅੱਠ ਰਾਲ ਤੇ ਬੰਦੇ ਰਾਲ ਤੇ ਟੁੱਟਦੇ ਆ ਪੰਜ ਸੱਤ ਜੋ ਰਾਲ ਤੇ ਆਏ ਨਾ ਤਾਂ ਇਤਨੇ ਤੇ ਸਾਲਣ ਉਹਦੀ ਛੁੱਟੀ ਕਰ ਉਹਦੇ ਉਹਦਾ ਪਿਓ ਜਿਹੜਾ ਨੇ ਉਸ ਦੂਏ ਬੰਦੇ ਲਲਕ ਰਿਹਾ ਪਤਾ ਹੀ ਸਾਲਣ ਬੋਕ ਗਿਆ ਦੂਏ ਬੰਦੇ ਲਲਕ ਰਿਹਾ ਅਜੇ ਬਣਿਆ ਹੁੱਕਾ ਰੱਖ ਅਜੇ ਤੇਰਾ ਸ਼ੇਰ ਭਾਵਿਆ ਵਜੇ ਅਜੇ ਬਣਿਆ ਹੁੱਕਾ ਰੱਖ ਉਹਨਾਂ ਕੇ ਬਾਹਰ ਅਸਾਂ ਰੋਟੀ ਖਾਣੀ ਹੁੱਕਾ ਪਿੱਛੇ ਛਿੱਕੇ ਸਾਂ ਮੈਂ ਕਾਸ਼ ਬੰਜ ਬੇਖ ਰਿਹਾ ਇਹ ਹੋ ਛੜੋ ਹਲਕੇ ਹੋ ਤੇ ਪੰਜੇ ਪਰ ਤੇ ਮਹਿਮਾਨਾਂ ਨੂੰ ਉਹਨਾਂ ਦਾ ਪਿਓ ਪਿਆ ਜਿਹੜਾ ਸ਼ਾਦੀ ਕਰਨ ਵਾਲਾ ਹੈ ਉਹ ਲੋ ਕੋਲ ਗਿਆ ਖਲੋਵੇ ਜਿੱਥੇ ਰੋਟੀਆਂ ਪੱਕਦੀਆਂ ਮਾਈਆਂ ਰੋਟੀਆਂ ਪਕਾਈਆਂ ਭਾਜੀ ਜੀ ਮੁੱਕ ਗਈ ਆਈ ਅਸੀਂ ਉਹ ਜੋ ਪਿਓ ਭੂਏ ਚ ਬਣਿਆ ਨਾ ਰੋਟੀ ਚੱਲੀ ਤੂੰ ਪਾਣੀ ਠੋਠ ਵੇਖ ਖੜਾ ਮਾਈਆਂ ਰੋਟੀ ਪਕਾਉਣ ਵਾਲੇ ਪਤਾ ਕਿਆ ਪਿਆ ਸਾਲੇ ਮੌਕੇ ਆਟੇ ਠੇਕਾ ਮੈਂ ਪਕਾ ਬੰਦੇ ਨੂੰ ਪਾਏ ਵੈਂਦੀਆਂ ਬੰਦੇ ਦੀ ਬੇਇੱਜ਼ਤੀ ਕਰ ਲੈਂਦੀਆਂ ਇਹਨੇ ਆਈ ਆ ਕਿ ਜਾ ਠਾਸਾ ਮਗਰ ਚਲੋ ਠੀਕ ਉਹਨਾਂ ਜੋ ਆਖਿਆ ਦੁਆ ਪਈਆਂ ਕਰ ਹੈ ਅੱਲਾ ਤੁਹਾਨੂੰ ਬਾਂਹ ਹੁੰਦੀ ਵਾ ਵੱਡੀ ਕੋਠੀ ਨੇ ਸਿਟਰੋਲ ਸ਼ੈਂਪੂ ਨੇ ਸਿਟਰੋਲ ਪਾਂਪੂ ਨੇ ਹੋਰ ਦੂਈ ਵਾਰੀ ਦੁਆ ਪਈਆਂ ਕਰਨ ਹੈ ਅੱਲਾ ਤੁਹਾਨੂੰ ਮੀਆਂ ਬਾਂਹ ਹੁੰਦੀ ਵਾ ਸਿਟਰੋਲ ਸ਼ੈਂਪੂ ਨੇ ਮੋਟਰ ਸਾਈਲਾ ਕੁ ਨੇ ਭਾਈ ਮੋਟਰ ਸਾਈਲਾ ਕਿਉਂ ਨੇ ਅੱਲਾ ਬਾਈ ਜੀ ਚੜਾਈ ਵਤੇ ਹੋਰ ਇਹ ਦੁਆ ਮੰਗ ਲਈਆਂ ਨੇ ਨਾ ਮੈਂ ਆਖੇ ਪਤਾ ਨੀ ਕੀ ਅੰਨਾ ਰੜਾ ਅੱਡੀ ਖੜੋਤੀ ਨੇ ਤੇ ਥਾਂ ਮੰਗ ਪੈਂਦੀਆਂ ਰੁਕਦੀਆਂ ਨੀ ਪਈਆਂ ਇੱਕ ਦੋ ਦਿਨ ਪਈ ਆਖੇ ਬੰਦਾ ਕੋ ਜਾਣੂ ਏ ਇਹ ਆਮ ਬੰਦਾ ਨੀ ਆਪਣੀ ਬੋਲੀ ਕਰ ਸਕਦਾ ਅੱਗੇ ਹੀ ਤੂੰ ਮੰਗ ਪੈਂਦੀਆਂ ਉਹ ਤਾਂ ਤਾਕ ਕਾਣ ਕੀਤਨ ਤੋਂ ਲੱਗੇ ਇਹ ਹੀ ਅਮਲ ਕਾਣ ਬੈਠਾ ਹੀ ਅੰਨਾ ਨੀ ਮਗਰੂ ਲਾਂਦਾ ਪਿਛਲੀ ਉਣ ਕੇ ਪਈ ਆ ਕੇ ਮਰਦੀ ਆ ਭਾਉ ਨਾ ਆਪ ਦੇ ਉਹਨੇ ਸ਼ਾਇਰ ਪਿੰਡਾਂ ਦੇ ਬੜੀ ਗੱਲ ਕੀਤੀ ਮੋੜ ਬਾਬਾ ਗਈ ਆ ਮੋੜ ਨਾ ਕਿਆ ਰੁਕਣਾ ਹੈ